ਸਤਿ ਸ਼੍ਰੀ ਅਕਾਲ ਸੁਣਿਓ, ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਤੇ ਸਵਾਗਤ ਹੈ ਸਭ ਦਾ ਤੁਹਾਡੇ ਆਪਣੇ ਫੇਵਰਿਟ ਪੰਜਾਬੀ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ PTC ਸਪੋਟਲਾਈਟ। ਪਹਿਲੀ ਮੁਲਾਕਾਤ ਤੇਈ ਜਾਨ ਉੱਤੇ ਬਣੀ। ਸਭ ਤੋਂ ਪਹਿਲਾਂ ਸ਼ੁਰੂਆਤ ਕਿਵੇਂ ਹੋਈ ਸਿੰਗਿੰਗ ਦੇ ਵਿੱਚ? ਸ਼ੁਰੂਆਤ ਸਿੰਗਿੰਗ ਦੇ ਵਿੱਚ ਜਿਵੇਂ ਕਹਿੰਦੇ ਆ ਬਾਕੀ ਸਾਰਿਆਂ ਦੀ ਤਰ੍ਹਾਂ ਆਪਣੀ ਹੋਈ ਆ, ਸਟਰਗਲ ਸਾਰਿਆਂ ਨੂੰ ਕਰਨਾ ਪੈਂਦਾ ਤੇ ਮੈਨੂੰ ਵੀ ਕਰਨਾ ਪਿਆ। ਸੋ ਐਵੇਂ ਦਾ ਕੋਈ ਡ੍ਰੀਮ ਨਹੀਂ ਸਜਾਇਆ ਕਿ ਹਾਂ ਐਵੇਂ ਹੋ ਜਾਵੇ, ਬਸ ਇੰਨਾ ਕਿਹਾ ਵੀ ਜਿੰਨਾ ਗਾਈਏ ਵਧੀਆ ਗਾਈਏ ਤੇ ਲੋਕਾਂ ਨੂੰ ਪਸੰਦ ਆਵੇ। ਓਏ ਜੱਟੀ ਨੂੰ ਕਰੇਜ ਹੋ ਗਿਆ ਬਈ ਬਾਹਰਲੇ ਮੁਲਕ ਜਾਣ ਦਾ। ਦੋਸਤੋ, ਅੱਜ ਸਾਡੇ ਜੋ ਮਹਿਮਾਨ ਨੇ ਉਹਨਾਂ ਦੀ ਗੱਲਬਾਤ ਜਿਹੜੀ ਹੈ ਨਾ ਉਹ ਮੁਲਾਕਾਤ 'ਤੇ ਆ ਕੇ ਅੜ ਜੀ ਗਈ ਆ। ਪਹਿਲੀ ਮੁਲਾਕਾਤ ਤਾਂ ਹੋ ਗਈ ਆ, ਦੂਸਰੀ ਦਾ ਕੀ ਬਣਦਾ ਆਓ ਜਾਣਦੇ ਉਹਨਾਂ ਕੋਲੋਂ। ਪਲੀਜ਼ ਵੈਲਕਮ ਗੁਰਮੀਤ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਅ ਜੀ, ਪਹਿਲੀ ਮੁਲਾਕਾਤ ਤਾਂ ਤੁਹਾਡੀ ਹੋ ਗਈ ਗਾਣੇ ਦੇ ਵਿੱਚ। ਹਾਂਜੀ। ਦੂਸਰੀ ਮੁਲਾਕਾਤ ਦੀ ਜਿਹੜੀ ਕਹਾਣੀ ਆ ਉਹ ਕੀ ਆ, ਹੋਈ ਕਿ ਨਹੀਂ, ਕੀ ਬਣਿਆ ਫਿਰ? ਦੂਸਰੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ, ਜਲਦੀ ਕਰਾਂਗੇ ਅਤੇ ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ। ਹਾਲੇ ਪਹਿਲੀ ਮੁਲਾਕਾਤ ਦਾ ਅਸਰ ਹੀ ਨਹੀਂ ਖਤਮ ਹੋਇਆ, ਤਾਂ ਦੂਜੀ ਦਾ ਫਿਰ ਕਿਆ। ਭਾਅ ਜੀ, ਵੈਸੇ ਮੈਂ ਗੱਲ ਕਹਾਂ ਕਿ ਵੀਡੀਓ 'ਚ ਕੁੜੀ ਦਲੇਰ ਤੁਹਾਡੇ ਨਾਲ ਜ਼ਿਆਦਾ ਹੈ, ਹੱਥ ਫੜ ਕੇ ਲੈ ਗਈ ਘਰਦੇ ਸਾਹਮਣੇ ਆਪੇ ਹੀ। ਕਿਆ ਬਾਤ, ਉਹ ਅੱਜ ਕੱਲ੍ਹ ਕੁੜੀਆਂ ਦਲੇਰ ਨੇ ਨਾ, ਸਾਰਿਆਂ ਨੂੰ ਪਤਾ ਹੈ, ਸਾਰੇ ਜਾਣਦੇ ਆ ਕਿ ਅੱਜ ਸਾਹੂ ਹੈ, ਮੁੰਡਾ ਤਾਂ ਸਾਹੂ ਹੈ, ਤੁਹਾਡੇ ਸਾਹਮਣੇ ਬੈਠਾ ਹੈ, ਮੁੰਡਾ ਤਾਂ ਸਾਹੂ ਹੈ ਬਿਲਕੁਲ। ਸਹੀ ਹੈ, ਫਿਰ ਕੁੜੀ ਦਾ ਤੱਕਾ ਜਰ ਲਿਆ ਹੈ ਨਾ, ਚੱਲਣਾ ਪੈਂਦਾ। ਅੱਜ ਕੱਲ੍ਹ ਜਿਵੇਂ ਕਹਿੰਦੇ ਆ ਵੀ ਲੇਡੀਜ਼ ਫਸਟ ਵਾਲਾ ਕੰਮ ਹੈ ਅਤੇ ਉਹਨਾਂ ਦੀ ਮੰਨਣੀ ਪੈਂਦੀ ਆ। ਸਹੀ ਹੈ ਭਾਈ, ਐਕਸਪੀਰੀਅੰਸ ਕਿਵੇਂ ਦਾ ਰਿਹਾ ਗਾਣਾ ਜਿਹੜਾ ਮੁਲਾਕਾਤ ਰਿਲੀਜ਼ ਹੋਇਆ? ਬੜਾ ਅੱਛਾ ਰਿਸਪੋਂਸ ਆ ਰਿਹਾ। ਫਿਲਹਾਲ ਹਾਲੇ ਤੱਕ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਆ ਗਾਣੇ ਦਾ। ਸਹੀ, ਸੋ ਗਾਣਾ ਵਧੀਆ ਜਾ ਰਿਹਾ ਅਤੇ ਬਾਕੀ ਰੱਬ ਦੀ ਮਿਹਰ ਹੈ। ਬਿਲਕੁਲ ਜੀ। ਭਾਅ ਜੀ, ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗੱਲਾਂ ਬਾਤਾਂ ਕਰੀਏ, ਮੈਂ ਕਹਿੰਦਾ ਗਾਣਾ ਇੱਕ ਵਾਰੀ ਹੋ ਜਾਏ ਲਾਈਵ ਸਟੂਡੀਓ ਦੇ ਵਿੱਚ। ਮੁਲਾਕਾਤ? ਹਾਂਜੀ ਭਾਅ ਜੀ, ਮੁਲਾਕਾਤ ਹੋਏਗਾ ਇਹ ਤਾਂ ਜ਼ਰੂਰ ਜੀ। ਤੁਹਾਡੀ ਸਾਡੀ ਮੁਲਾਕਾਤ ਹੋਈ, ਗਾਣਾ ਵੀ ਮੁਲਾਕਾਤ। ਬਿਲਕੁਲ, ਤੁਹਾਡੀ ਮੇਰੇ ਨਾਲ ਮੁਲਾਕਾਤ ਹੋ ਰਹੀ ਹੈ ਤਾਂ ਫਿਰ ਗਾਣਾ ਤਾਂ ਚਾਹੀਦਾ ਨਾ ਮੁਲਾਕਾਤ 'ਤੇ। ਪਹਿਲੀ ਮੁਲਾਕਾਤ ਤੇਈ, ਪਹਿਲੀ ਮੁਲਾਕਾਤ ਤੇਈ ਜਾਨ ਉੱਤੇ ਬਣੀਆਂ, ਦੂਜੀ ਮੁਲਾਕਾਤ ਦੀ ਤਾਂ ਹਿੰਮਤ ਨਹੀਂ ਪੈਣੀਆਂ, ਹਿੰਮਤ ਨਹੀਂ ਪੈਣੀਆਂ, ਦਿਲ ਤੇ ਦਿਮਾਗ ਉੱਤੇ, ਹਾਏ ਦਿਲ ਤੇ ਦਿਮਾਗ ਉੱਤੇ ਸੱਟ ਔਖੀ ਸਹਿਣੀਆਂ, ਦੂਜੀ ਮੁਲਾਕਾਤ ਦੀ ਤਾਂ ਹਿੰਮਤ ਨਹੀਂ ਪੈਣੀਆਂ, ਪਹਿਲੀ ਮੁਲਾਕਾਤ ਤੇਈ, ਪਹਿਲੀ ਮੁਲਾਕਾਤ। ਕਿਆ ਬਾਤ ਹੈ, ਕਿਆ ਬਾਤ, ਸਵਾਦ ਆ ਗਿਆ ਭਾਅ ਜੀ, ਬਹੁਤ ਸੋਹਣਾ ਯਾਰ। ਔਰ ਇਹਨਾਂ ਮੈਲੋਡੀਜ਼ ਗਾਇਆ ਤੁਸੀਂ, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਵਾਕਈ ਬਿਨਾਂ ਕਿਸੇ ਤੁਸੀਂ ਆਟੋ ਟਿਊਨ ਤੋਂ ਕਿਸੇ ਚੀਜ਼ ਤੋਂ ਵੀ ਇੰਨਾ ਸੁਰੀਲਾ ਗਾਉਂਦੇ ਭਾਅ ਜੀ। ਇੱਦਾਂ ਹੀ ਸੀ, ਸਾਰਾ ਕੁਛ ਆਟੋ ਟਿਊਨ ਤੋਂ ਬਿਨਾਂ ਹੀ ਸੀ ਆਪਣਾ। ਕਿਆ ਬਾਤ। ਅੱਛਾ ਭਾਅ ਜੀ, ਹੁਣ ਤੁਹਾਡੀ ਜਿਹੜੀ ਜਰਨੀ ਹੈਗੀ ਉਹਦੀ ਗੱਲਬਾਤ ਕਰਦੇ ਹਾਂ। ਮੁਲਾਕਾਤ ਆਇਆ, ਹਿੱਟ ਹੋਇਆ, ਕਾਫੀ ਪਸੰਦ ਆਇਆ ਲੋਕਾਂ ਨੂੰ, ਬਟ ਇਹ ਦੱਸੋ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਕਿਵੇਂ ਹੋਈ ਸਿੰਗਿੰਗ ਦੇ ਵਿੱਚ? ਸ਼ੁਰੂਆਤ ਸਿੰਗਿੰਗ ਦੇ ਵਿੱਚ ਜਿਵੇਂ ਕਹਿੰਦੇ ਆ ਬਾਕੀ ਸਾਰਿਆਂ ਦੀ ਤਰ੍ਹਾਂ ਆਪਣੀ ਹੋਈ ਆ, ਵੀ ਸਟਰਗਲ ਸਾਰਿਆਂ ਨੂੰ ਕਰਨਾ ਪੈਂਦਾ ਤੇ ਮੈਨੂੰ ਵੀ ਕਰਨਾ ਪਿਆ। ਬਟ ਕੋਈ ਫੈਮਿਲੀ 'ਚ ਮਾਹੌਲ ਸੀਗਾ ਕੋਈ ਮਿਊਜ਼ਿਕ ਦਾ ਜਾਂ ਕੁਛ ਪਹਿਲਾਂ? ਨਹੀਂ ਨਹੀਂ, ਬਿਲਕੁਲ ਨਹੀਂ, ਫੈਮਿਲੀ ਦੇ ਵਿੱਚ ਕੋਈ ਇਦਾਂ ਦਾ ਮਾਹੌਲ ਨਹੀਂ ਸੀਗਾ। ਅੱਛਾ ਜੀ। ਤੇ ਮੈਨੂੰ ਇਹ ਕਹਿ ਸਕਦੇ ਆ ਕਿ ਕਰੇਜ਼ ਸੀਗਾ ਵੀ ਗਾਉਣਾ। ਬਟ ਢੀਂਡ ਸਾਹਿਬ ਪਰਿਵਾਰ 'ਚ ਕਦੋਂ ਪਤਾ ਚੱਲਿਆ ਕਿ ਵੀ ਸਾਡਾ ਮੁੰਡਾ ਵੀ ਗਾਇਕੀ 'ਚ ਜਾਣ ਵਾਲਾ ਹੈ? ਨਹੀਂ, ਪਤਾ ਤਾਂ ਉਹਨਾਂ ਨੂੰ ਸ਼ੁਰੂ ਤੋਂ ਚੱਲ ਗਿਆ ਸੀ। ਅੱਛਾ। ਮਤਲਬ ਥਰਡ ਫੋਰਥ ਕਲਾਸ ਤੋਂ ਹੀ ਮੈਂ ਗਾਉਣ ਲੱਗ ਗਿਆ ਸੀਗਾ। ਅੱਛਾ। ਤੇ ਉਦੋਂ ਹੀ ਕਦੇ ਕਿਸੇ ਦਾ ਗਾਣਾ ਗਾਤਾ, ਕਦੇ ਕਿਸੇ ਦਾ, ਉਹ ਮਤਲਬ ਕਰੇਜ਼ ਹੁੰਦਾ ਸੀ ਕਿ ਗਾਉਣਾ, ਮਤਲਬ ਦਿਮਾਗ 'ਚ ਸੀ ਕਿ ਸਿੰਗਰ ਬਣਾਂਗੇ। ਕੋਸ਼ਿਸ਼ ਹੁੰਦੀ ਸੀ ਕਿ ਸੋਚੀ ਜਾਣਾਂਗੇ ਯਾਰ ਕਦੇ ਆਪਾਂ ਵੀ ਟੀ ਵੀ ਦੇ ਵਿੱਚ ਆਵਾਂਗੇ, ਇੱਦਾਂ ਹੋਊਗਾ, ਆਪਣੀਆਂ ਵੀ ਕੈਸਟ ਆਉਣਗੀਆਂ। ਅਤੇ ਉਸ ਤੋਂ ਬਾਅਦ ਚਲੋ ਜਿਵੇਂ ਕਹਿੰਦੇ ਆ ਵੀ ਸ਼ੌਂਕ ਥੋੜ੍ਹਾ ਮਹਿੰਗਾ ਪਾੜ ਲਿਆ। ਅੱਛਾ। ਅਤੇ ਫੈਮਿਲੀ ਮਿਡਲ ਹੋ ਗਈ ਅਤੇ ਉਹਦੇ ਕਰਕੇ ਥੋੜ੍ਹਾ ਬੈਕ ਰਹਿ ਗਏ। ਐਂਡ ਉਸ ਤੋਂ ਬਾਅਦ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੇਰਾ ਛੋਟਾ ਬ੍ਰਦਰ ਵੀ ਕਦੋਂ ਆਪਣੇ ਫੋਨ ਦੇ ਵਿੱਚ ਮੇਰੇ ਲਿਖੇ ਹੋਏ ਗਾਣਿਆਂ ਨੂੰ ਪਾ ਕੇ ਅਤੇ ਪ੍ਰੋਡਿਊਸਰਾਂ ਨੂੰ ਵੀ ਸੁਣਾਇਆ ਸੀਗਾ ਕਿ ਹਾਂ ਵੀ ਇਹ ਮੇਰਾ ਬ੍ਰਦਰ ਹੈ, ਗਾਉਂਦਾ ਹੈ। ਅੱਛਾ ਜੀ। ਮੈਨੂੰ ਤਾਂ ਮਤਲਬ ਆ ਕੇ ਹੀ ਪਤਾ ਲੱਗਿਆ ਸੀਗਾ ਜਦੋਂ ਮੈਨੂੰ ਆ ਕੇ ਦੱਸਿਆ, ਕਹਿੰਦਾ ਆਪਾਂ ਨੇ ਵੀ ਗਾਣਾ ਮੇਰੀ ਗੱਲ ਹੋਈ ਆ ਵੀ ਆਪਾਂ ਨੇ ਸੁਣਾਉਣ ਜਾਣਾ। ਅੱਛਾ। ਅਤੇ ਮੈਨੂੰ ਮਤਲਬ ਇਹ ਖੁਸ਼ੀ ਤਾਂ ਬਾਅਦ ਮੈਂ ਹੋਈ ਕਿ ਮੈਂ ਕਿਸੇ ਪ੍ਰੋਡਿਊਸਰਾਂ ਨੂੰ ਮਿਲ ਕੇ ਮੇਰਾ ਗਾਣਾ ਆਊਗਾ ਟੀ ਵੀ 'ਤੇ। ਪਹਿਲੀ ਖੁਸ਼ੀ ਮੈਨੂੰ ਇਹ ਹੋਈ ਕਿ ਮਤਲਬ ਮੇਰਾ ਲਿਖਿਆ ਹੋਇਆ ਗਾਣਾ ਅਤੇ ਮੇਰਾ ਗਾਇਆ ਹੋਇਆ ਇਹਦੇ ਫੋਨ 'ਚ ਕਿਵੇਂ ਚਲੇ ਗਿਆ, ਬਿਕਾਜ਼ ਸਾਡੇ 'ਚ ਇੱਦਾਂ ਸੀ ਕਿ ਝਿਜਕ ਸੀਗੀ, ਮਤਲਬ ਖੁੱਲ੍ਹ ਕੇ ਨਹੀਂ ਸ਼ੋਅ ਕਰਦਾ ਸੀ ਕਿ ਹਾਂ ਮੈਂ ਤੇਰੇ ਗਾਣੇ ਸੁਣਦਾ। ਮਤਲਬ ਮੈਨੂੰ ਉਸ ਦਿਨ ਪਹਿਲੇ ਦਿਨ ਪਤਾ ਲੱਗਿਆ ਸੀ ਕਿ ਓਕੇ ਵੀ ਮੇਰਾ ਜਿਹੜਾ ਗਾਣਾ ਵੋਇਸ ਰਿਕਾਰਡ ਕੀਤੀ ਸੀ ਮੇਰੇ ਆਪਣੇ ਫੋਨ 'ਚ, ਵੀ ਇਹ ਆਪਣੇ ਫੋਨ 'ਚ ਵੀ ਸੈਂਡ ਕਰੀ ਫਿਰਦਾ ਅਤੇ ਇਹ ਉਹਨਾਂ ਨੂੰ ਸੁਣਾ ਕੇ ਆਇਆ, ਉਹ ਮੈਨੂੰ ਜ਼ਿਆਦਾ ਖੁਸ਼ੀ ਹੋਈ ਸੀ ਉਸ ਟਾਈਮ। ਤਾਂ ਉਹ ਤੋਂ ਬਾਅਦ ਇਹ ਜਿਹੜਾ ਸੀਗਾ ਬਣਦਾ ਗਿਆ, ਪ੍ਰੋਡਿਊਸਰ ਮਿਲੇ ਅਤੇ ਪ੍ਰੋਡਿਊਸਰਾਂ ਨੇ ਚਲੋ ਪਹਿਲਾ ਗਾਣਾ ਕੀਤਾ, ਫਿਰ ਜਿਵੇਂ ਕਹਿੰਦੇ ਆ ਪ੍ਰੋਡਿਊਸਰ ਆਉਂਦੇ ਅਤੇ ਜਾਂਦੇ, ਉਹ ਕੰਮ ਬਣਦਾ ਰਹਿੰਦਾ। ਉਸ ਤੋਂ ਬਾਅਦ ਫੇਰ ਸਬੱਬ ਬਣਿਆ, ਫਿਰ ਅਸੀਂ ਇੱਕ ਗਾਣਾ ਵੀਡੀਓ ਕੀਤਾ ਲਾਇਸੈਂਸ, ਉਹ ਜਸ ਰੈਕਡ ਦੇ ਲੈਵਲ ਹੇਠ ਪਹਿਲਾਂ ਗਾਣਾ ਰਿਲੀਜ਼ ਕੀਤਾ ਸੀਗਾ ਅਸੀਂ, ਅਤੇ ਉਹ ਤੋਂ ਬਾਅਦ ਫਿਰ ਚੱਲਦੇ ਚੱਲਦੇ ਚੱਲਦੇ
ਪੰਜਾਬੀ ਸਟਾਰ ਲਾਈਵ ਦੇ ਆਫਿਸ ਪਹੁੰਚ ਗਏ ਅਤੇ ਉੱਥੇ ਬਾਈ ਗੈਰੀ ਹੋਣੀ ਅਤੇ ਹੈਰੀ ਹੋਣੀ ਜਿਨ੍ਹਾਂ ਦੇ ਨਾਲ ਹੁਣ ਜੁੜ ਕੇ ਆਪਾਂ ਕੰਮ ਕਰ ਰਹੇ ਹਾਂ। ਪਹਿਲਾਂ ਲਾਹੌਰ ਗਾਣਾ ਆਇਆ, ਉਸ ਤੋਂ ਬਾਅਦ ਮੈਂ ਮੁਲਾਕਾਤ, ਅਤੇ ਮੁਲਾਕਾਤ ਆਪਣੀ ਚੱਲ ਰਹੀ ਹੈ। ਅੱਛਾ, ਵੈਸੇ ਮਾਂ ਪਿਓ ਦਾ ਸੁਪਨਾ ਹੁੰਦਾ ਕਿ ਵੀ ਸਾਡਾ ਆਪਣਾ ਡਾਕਟਰ ਬਣੇ, ਇੰਜੀਨੀਅਰ ਬਣੇ, ਹੈ ਨਾ, ਜਾਂ ਮਤਲਬ ਕਿਤੇ ਗੌਰਮੈਂਟ ਜੋਬ ਲੱਗ ਜਾਏ। ਪਰ ਜਦੋਂ ਪਤਾ ਲੱਗਦਾ ਕਿ ਵੀ ਇਹਨੇ ਸਿੰਗਰ ਬਣਨਾ ਹੈ ਜਾਂ ਮਤਲਬ ਇਸ ਤਰੀਕੇ ਦੇ ਇੰਟਰਟੇਨਮੈਂਟ ਫੀਲਡ ਦੇ ਵਿੱਚ ਆਉਣਾ, ਓਕੇ, ਮਾਂ ਪਿਓ ਦਾ ਰਿਐਕਸ਼ਨ ਕੀ ਸੀਗਾ? ਨਹੀਂ, ਉਹਨਾਂ ਦਾ ਰਿਐਕਸ਼ਨ ਵੀ ਵੈਸੇ ਮੈਨੂੰ ਲੱਗਦਾ ਵੀ ਨਾਲ ਹੀ ਸੀਗਾ ਮੇਰੇ। ਅੱਛਾ, ਕਿਉਂਕਿ ਉਹਨਾਂ ਨੂੰ ਸੀ ਵੀ ਜੋ ਕੁਛ ਕਰਨਾ ਤੂੰ ਕਰ ਲਾ, ਉਹਨਾਂ ਵੱਲੋਂ ਜਾਣੀ ਆਪਾਂ ਨੂੰ ਕੋਈ ਬਾਊਂਡੇਸ਼ਨ ਨਹੀਂ ਸੀ ਵੀ ਤੂੰ ਇੱਦਾਂ ਕਰ, ਤੂੰ ਇੱਦਾਂ ਕਰ। ਬਸ ਉਹਨਾਂ ਵੱਲੋਂ ਤਾਂ ਇੱਕੋ ਹੀ ਸੀ ਕਿ ਨਸ਼ੇ ਪੱਤਿਆਂ ਤੋਂ ਦੂਰ ਰਹਿਣਾ, ਬਾਕੀ ਜੋ ਮਰਜ਼ੀ ਜੋ ਤੁਹਾਡੇ ਮਨ 'ਚ ਉਹ ਕਰ ਲਓ। ਔਰ ਭਾਅ ਜੀ, ਜਦੋਂ ਅਸੀਂ ਕੋਈ ਵੀ ਚੀਜ਼ ਨਵੀਂ ਸ਼ੁਰੂਆਤ ਕਰਦੇ ਹਾਂ ਤਾਂ ਇੱਕ ਡਰ ਹੁੰਦਾ ਹਲਕਾ ਜਿਹਾ ਦਿਲ ਦੇ ਵਿੱਚ ਨਾ ਕਿ ਯਾਰ ਇਹ ਸਹੀ ਪਏਗਾ ਦਾਅ ਜਾਂ ਨਹੀਂ ਸਹੀ ਪਏਗਾ। ਸੋ ਸਿੰਗਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਦਿਲ 'ਚ ਝਿਜਕ ਸੀਗੀ, ਡਰ ਸੀਗਾ? ਹਾਂ, ਡਰ ਤਾਂ ਹੁਣ ਆਪਾਂ ਇੰਟਰਵਿਊ ਕਰਨ ਲੱਗੇ ਤਾਂ ਪਹਿਲਾਂ ਮੇਰੇ ਮਨ 'ਚ ਇਹ ਵੀ ਡਰ ਸੀਗਾ ਵੀ ਇੰਟਰਵਿਊ ਹੋਣੀ ਆ। ਅੱਛਾ, ਸੋ ਡਰ ਤਾਂ ਹਰ ਇੱਕ ਚੀਜ਼ ਨੂੰ ਲੈ ਕੇ ਹੀ ਹੁੰਦਾ ਨਾ। ਸਿੰਗਿੰਗ ਨੂੰ ਲੈ ਕੇ ਵੀ ਸੀਗਾ ਵੀ ਕੀ ਮਤਲਬ ਦਰਸ਼ਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ, ਹੋਰ ਨਾ ਕਿਤੇ ਥੱਲੇ ਕਮੈਂਟਾਂ 'ਚ ਗਾਲਾਂ ਹੀ ਕੱਢੀ ਜਾਣ, ਹੈ ਨਾ, ਅਤੇ ਵੀ ਗਾਣਾ ਕਿੱਦਾਂ ਦਾ ਕਰੀਏ। ਹਾਂ, ਹਰ ਇੱਕ ਪਾਸੇ ਡਰ ਤਾਂ ਹਰ ਇੱਕ ਫੀਲਡ, ਹਰ ਇੱਕ ਬੰਦੇ ਨੇ ਇੱਕ ਦੁਕਾਨ ਵੀ ਸ਼ੁਰੂ ਕਰਨੀ ਆ ਤਾਂ ਡਰ ਹੈ। ਸਹੀ ਹੈ, ਮੈਂ ਚਾਹੁੰਦਾ ਕਿ ਭਾਅ ਜੀ ਆਡੀਅੰਸ ਨੂੰ ਤੁਹਾਡੇ ਪਹਿਲੇ ਗਾਣੇ 'ਤੇ ਰੂਬਰੂ ਕਰਾਇਆ ਜਾਵੇ, ਤੁਹਾਡੇ ਮੂੰਹੋਂ ਗਾ ਕੇ। ਹਾਂ ਬਿਲਕੁਲ, ਪਹਿਲਾ ਗਾਣਾ ਵੈਸੇ ਮੇਰਾ ਆਡੀਓ ਸੀਗਾ, ਇਕੱਲਾ ਆਡੀਓ ਟਰੈਕ ਰਿਲੀਜ਼ ਕੀਤਾ ਸੀ ਭਾਅ ਜੀ। ਜਿਹੜਾ ਤੁਹਾਡਾ ਪਹਿਲਾ ਚਾਹੇ ਆਡੀਓ ਚਾਹੇ ਵੀਡੀਓ, ਗਾਣਾ ਤਾਂ ਗਾਣਾ ਭਾਅ ਜੀ, ਉਹ ਸੁਣਾ ਦਿੰਦੇ ਹਾਂ। ਪਹਿਲਾਂ ਉਹ ਜੱਟੀ ਨੂੰ ਕਰੇਜ ਹੋ ਗਿਆ ਯਾਰੋ ਯਾ ਬਰੌੜ ਜਾਣਦਾ, ਫੇਸਬੁੱਕ 'ਤੇ ਟਰਾਈ ਫੁੱਲਿਆ, ਫੇਸਬੁੱਕ 'ਤੇ ਟਰਾਈ ਫੁੱਲਿਆ, ਲੱਭਿਆ ਨਾ ਕੋਈ ਹਾਣਦਾ, ਜੱਟੀ ਨੂੰ ਕਰੇਜ ਹੋ ਗਿਆ ਯਾਰੋ ਯਾ ਬਰੌੜ ਜਾਣਦਾ, ਓਏ ਜੱਟੀ ਨੂੰ ਕਰੇਜ ਹੋ ਗਿਆ ਬਈ ਬਾਹਰਲੇ ਮੁਲਕ ਜਾਣਦਾ। ਕਿਆ ਬਾਤ ਜੀ, ਕਿਆ ਬਾਤ ਹੈ, ਜੱਟੀ ਨੂੰ ਕਰੇਜ਼ ਹੈਗਾ ਬਾਹਰਲੇ ਮੁਲਕ ਜਾਣ ਦਾ, ਪਰ ਸਾਨੂੰ ਹੁਣ ਥੋੜਾ ਜਿਹਾ ਕਰੇਜ਼ ਹੋ ਰਿਹਾ ਬਾਈ ਬ੍ਰੇਕ ਦਾ, ਸੋ ਮਿਲ ਲੈ ਇੱਕ ਬ੍ਰੇਕ ਤੋਂ ਬਾਅਦ ਜੀ। ਤੇ ਦੋਸਤੋ, ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਤੇ ਹੁਣੇ ਆਏ ਜੀ। ਵੈਲਕਮ ਬੈਕ ਸੋਨਿਓ, ਬ੍ਰੇਕ ਤੋਂ ਬਾਅਦ ਸਵਾਗਤ ਹੈ ਸਭ ਦਾ PTC ਸਪੋਟਲਾਈਟ ਦੇ ਵਿੱਚ। ਅੱਜ ਗੱਲ ਕਰ ਰਿਹਾ ਜੀ ਗੁਰਮੀਤ ਢੀਂਡਸਾ ਦੇ ਨਾਲ। ਭਾਅ ਜੀ ਸਵਾਗਤ ਇੱਕ ਵਾਰ ਫਿਰ ਤੋਂ। ਭਾਅ ਜੀ, ਬ੍ਰੇਕ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਪਹਿਲਾ ਗਾਣਾ ਜਿਹੜਾ ਬੜਾ ਪਸੰਦ ਕੀਤਾ ਸੀ ਲੋਕਾਂ ਨੇ, ਬਟ ਤੁਹਾਨੂੰ ਜਿਹੜਾ ਕੀ ਰਿਵਿਊ ਮਿਲਿਆ ਸੀਗਾ ਪਰਸਨਲੀ? ਉਸ ਟਾਈਮ ਤਾਂ ਲੋਕਾਂ ਨੇ ਇਹੀ ਕਿਹਾ ਕਿ ਬਾਈ ਇਸ ਗਾਣੇ ਦੀ ਵੀਡੀਓ ਕਰੋ ਜਲਦੀ, ਹੁਣ ਤੱਕ ਕਹੀ ਜਾਂਦੇ ਹੈਗੇ ਇਸ ਗਾਣੇ ਦੀ ਵੀਡੀਓ ਕਰੋ, ਪਰ ਸਬੱਬ ਨਹੀਂ ਬਣਿਆ ਹਾਲੇ ਤੱਕ ਵੀ ਵੀਡੀਓ ਹੋ ਜਾਵੇ, ਆਡੀਓ ਟਰੈਕ ਹੀ ਰਿਲੀਜ਼ ਹੋਇਆ ਆ। ਅੱਛਾ ਭਾਅ ਜੀ, ਜਦੋਂ ਬੰਦਾ ਆਮ ਤੋਂ ਖਾਸ ਹੁੰਦਾ ਨਾ ਜੀ ਤਾਂ ਬੜੀ ਚੀਜ਼ਾਂ ਬਦਲ ਜਾਂਦੀਆਂ ਨੇ, ਤੁਹਾਡੀ ਫੀਲਿੰਗ ਕੀ ਸੀ ਉਸ ਟਾਈਮ? ਨਹੀਂ, ਵੈਸੇ ਮੇਰੀ ਫੀਲਿੰਗ ਤਾਂ ਇਹ ਕਹੂਗੀ ਕਿ ਮੈਂ ਤਾਂ ਪਹਿਲਾਂ ਵਾਰ ਗਈ ਹਾਂ, ਮੈਂ ਤਾਂ ਮੇਰੇ 'ਚ ਤਾਂ ਕੋਈ ਚੇਂਜ ਨਹੀਂ ਹੈਗਾ। ਲੋਕੀ ਪਛਾਣਦੇ ਨੇ, ਲੋਕੀ ਮਿਲਦੇ ਨੇ ਆ ਕੇ, ਇਹ ਥੋੜ੍ਹਾ ਜਿਹਾ ਹੁੰਦਾ ਕਿ ਜਿਵੇਂ ਕਿਤੇ ਆਪਾਂ ਖੜੇ ਹਾਂ, ਕੋਈ ਆ ਕੇ ਕਹਿ ਦੇਵੇ ਬਾਈ ਯਾਰ ਤੇਰਾ ਗਾਣਾ ਆਇਆ ਸੀਗਾ, ਹੈ ਨਾ, ਅਤੇ ਤੂੰ ਉਹੀ ਆ, ਅਗਲਾ ਨਾਮ ਲੈ ਕੇ ਵਿੱਚ ਤਾਂ ਬਾਈ, ਉਹ ਤਾਂ ਉਦੋਂ ਥੋੜ੍ਹਾ ਜਿਹਾ ਫੀਲ ਹੁੰਦਾ ਕਿ ਹਾਂ ਯਾਰ ਵੀ ਆਪਾਂ ਨੂੰ ਵੀ ਜਾਣਦੇ ਆ, ਵੀ ਜਿੰਨੇ ਪੈਸੇ ਜੇ ਖਰਚਿਆ ਤਾਂ ਕੁਝ ਨਾ ਕੁਝ ਤਾਂ ਖੱਟਿਆ ਹੈਗਾ ਆਪਾਂ ਨੇ, ਸੋ ਉਹ ਚੀਜ਼ ਹੋ ਜਾਂਦੀ ਆ। ਅਦਰਵਾਈਜ਼ ਬਾਕੀ ਲਾਈਫ ਸਟਾਈਲ ਦੇ ਵਿੱਚ ਕੋਈ ਚੇਂਜ ਨਹੀਂ ਹੈਗਾ, ਐਜ਼ ਇਟ ਇਜ਼ ਪਹਿਲਾਂ ਦੀ ਤਰ੍ਹਾਂ ਹੀ, ਆਪਾਂ ਉਹੀ ਸਪਲੈਂਡਰ 'ਤੇ ਵੀ ਗੇੜਾ ਮਾਰਿਆ ਜਾਂਦਾ, ਕੋਈ ਟੈਨਸ਼ਨ ਨਹੀਂ ਹੈਗੀ। ਹੁਣ ਤਾਂ ਭਾਅ ਜੀ ਖੈਰ ਰੱਬ ਦੀ ਸੁੱਖ ਨਾਲ ਕਾਫੀ ਗਾਣੇ ਆ ਗਏ ਨੇ, ਆਡੀਓ ਵੀ ਕੁਛ, ਇਕੱਲੇ ਆਡੀਓ ਕੁਛ, ਆਡੀਓ ਵੀਡੀਓ ਇਕੱਠੇ ਜੀ, ਬਟ ਕੋਈ ਇੱਦਾਂ ਦਾ ਗਾਣਾ ਜਿਹੜਾ ਤੁਹਾਨੂੰ ਲੱਗੇ ਕਿ ਯਾਰ ਇਹ ਕਰਨਾ ਨਹੀਂ ਚਾਹੀਦਾ ਸੀਗਾ ਜਾਂ ਟਾਈਮਿੰਗ ਗਲਤ ਸੀਗੀ, ਕੁਛ ਇੱਦਾਂ ਦਾ ਵੀ ਹੋਇਆ ਕੋਈ ਚੋਇਸ? ਹਾਂ, ਇੱਦਾਂ ਦੇ ਹੋ ਜਾਂਦੇ ਆ ਗਾਣੇ, ਇੱਕ ਟਰੈਕ ਮੈਨੂੰ ਆਪ ਨੂੰ ਲੱਗਿਆ ਸੀ ਕਿ ਨਹੀਂ ਕਰਨਾ ਚਾਹੀਦਾ, ਪਰ ਉਹ ਕਈ ਵਾਰ ਲਾ ਲਓ ਵੀ ਪ੍ਰੋਡਿਊਸਰਸ ਚਾਹੁੰਦੇ ਹੁੰਦੇ ਆ ਕਿ ਆਪਾਂ ਨੇ ਇਹ ਗਾਣਾ ਕਰਨਾ ਅਤੇ ਉੱਦਾਂ ਹੋ ਜਾਂਦਾ, ਸੋ ਉੱਦਾਂ ਦਾ ਟਰੈਕ ਹੈ ਸੀ ਜਿਹੜਾ ਆ ਗਿਆ ਸੀਗਾ, ਅਤੇ ਉਹ ਮੈਂ ਉਹਦਾ ਕਦੇ ਜ਼ਿਕਰ ਵੀ ਨਹੀਂ ਕੀਤਾ ਹੈਗਾ ਜ਼ਿਆਦਾ, ਤੁਸੀਂ ਹੁਣ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਹੈਗਾ, ਮੈਨੇ ਆਪਣੇ ਮਨ ਨੂੰ ਲੱਗਦਾ ਕਿ ਉਹ ਗਾਣਾ ਵਧੀਆ ਨਹੀਂ ਹੈਗਾ, ਆਪ ਨੂੰ ਲੱਗਦਾ। ਬਿਲਕੁਲ, ਮਤਲਬ ਅਗਰ ਮੁਲਾਕਾਤ ਦੀ ਗੱਲ ਕਰੀਏ ਤਾਂ ਬੜਾ ਮਿੱਠਾ ਜਿਹਾ ਰੋਮੈਂਟਿਕ ਜਿਹਾ ਗਾਣਾ, ਹੈ ਨਾ, ਲਿਖਿਆ ਵੀ ਤੁਸੀਂ ਆਪ ਜੀ, ਗਾਇਆ ਵੀ ਤੁਸੀਂ ਬਾ ਕਮਾਲ, ਨਹੀਂ ਮੇਰੇ ਨਾਲ ਬਾਈ ਹੈਰੀ ਭਾਅ ਜੀ ਨੇ ਨਾਲ ਲਿਖਿਆ। ਅੱਛਾ ਜੀ, ਅਸੀਂ ਇਕੱਠਿਆਂ ਨੇ ਬੈਠ ਕੇ ਲਿਖਿਆ ਸੀਗਾ। ਕੀ ਬਾਤ ਹੈ, ਫਿਰ ਮਤਲਬ ਤਾਂ ਹੀ ਮੁਲਾਕਾਤ ਦੋਨਾਂ ਦੀ ਹੋਈ ਤਾਂ ਫਿਰ ਦੋਨਾਂ ਦੀ ਮੁਲਾਕਾਤ ਆ ਗਿਆ। ਬਿਲਕੁਲ ਬਿਲਕੁਲ ਸਹੀ ਹੈ, ਬਟ ਪਲੈਨਿੰਗ ਕਿਵੇਂ ਬਣੀ ਮੁਲਾਕਾਤ ਦੀ ਭਾਅ ਜੀ? ਮੁਲਾਕਾਤ ਦੀ ਪਲੈਨਿੰਗ ਬਣੀ, ਅਸੀਂ ਬੈਠੇ ਸੀਗੇ ਆਫਿਸ ਦੇ ਵਿੱਚ ਅਤੇ ਉਹ ਕਹਿ ਰਹੇ ਸੀ ਹਰੀ ਭਾਜੀ ਕਿ ਗੁਰਮੀਤ ਕੋਈ ਮੁਲਾਕਾਤ 'ਤੇ ਗਾਣਾ ਲਿਖਣਾ ਆਪਾਂ ਨੇ, ਮੁਲਾਕਾਤ 'ਤੇ ਕੋਈ ਟਰੈਕ ਆਉਣਾ ਚਾਹੀਦਾ, ਕਿਤੇ ਐਂ ਸੀ ਕੋਈ ਤਾਜ਼ੀ ਮੁਲਾਕਾਤ ਤੋਂ ਨਹੀਂ ਕਿਤੇ ਪ੍ਰਭਾਵਿਤ ਹੋ ਗਏ ਲਿਖੀ? ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਕਿਤੇ ਉਹਨਾਂ ਦੀ ਮੁਲਾਕਾਤ ਨਾ ਹੋਈ ਹੋਵੇ ਇੱਦਾਂ ਦੀ ਵੀ ਜੋ ਉਹਨਾਂ ਨੇ ਲੱਗਿਆ ਹੋਵੇ ਵੀ ਦਿਲ 'ਤੇ ਲੱਗੀ ਅਤੇ ਉਹ ਆਪਾਂ ਰੀਪ੍ਰਜੈਂਟ ਕਰਨਾ ਉਸ ਚੀਜ਼ ਨੂੰ, ਅਤੇ ਉਹਨਾਂ ਦੀ ਹੋ ਸਕਦਾ, ਬਟ ਮੇਰੀ ਤਾਂ ਕੋਈ ਐਵੇਂ ਦੀ ਕਿਉਰਿਓਸਿਟੀ ਨਹੀਂ ਸੀਗੀ ਕਿ ਹੈ ਨਾ ਐਵੇਂ ਹੋਊਗਾ। ਹਾਂ, ਅਤੇ ਆਪਣਾ ਤਾਂ ਠੀਕ ਸੀਗਾ, ਅਤੇ ਉਹ ਚਾਹੁੰਦੇ ਸੀਗੇ ਕਿ ਇੱਦਾਂ ਦਾ ਗਾਣਾ ਲਿਖਿਆ ਜਾਵੇ, ਫਿਰ ਉਹ ਕਹਿੰਦੇ ਆਪਾਂ ਨੇ ਇੱਦਾਂ ਦਾ ਬਣਾਉਣਾ, ਫਿਰ ਉਹਨਾਂ ਨੇ ਸਥਾਈ ਦਾ ਕੁਛ ਬਣਾਇਆ, ਫਿਰ ਉਹਨੂੰ ਲੈ ਕੇ ਅੱਗੇ ਗੱਲ ਤੁਰੀ ਅਤੇ ਫਿਰ ਉਹ ਮੁਲਾਕਾਤ ਅੱਗੇ ਵੱਧਦੀ ਗਈ ਵੱਧਦੀ ਗਈ ਅਤੇ ਇੱਥੇ ਤੱਕ ਪਹੁੰਚ ਗਈ। ਔਰ ਭਾਅ ਜੀ, ਇਸ ਤੋਂ ਇਲਾਵਾ ਕੋਈ ਹੋਰ ਗਾਣਾ ਵੀ ਤੁਸੀਂ
ਤੇ ਫਿਰ ਉਹ ਗਾਣਾ ਮਤਲਬ ਅਸੀਂ ਆਡੀਓ ਹੀ ਕੀਤਾ ਸੀਗਾ ਗੱਲਾਂ। ਸਹੀ ਹੈ ਜੀ ਭਾਅ ਜੀ, ਮੈਂ ਕਹਿੰਦਾ ਇੱਕ ਵਾਰੀ ਹੋ ਜਾਏ ਸਟੂਡੀਓ 'ਚ, ਮੈਨੂੰ ਬੜਾ ਪਸੰਦ ਆ ਭਾਅ ਜੀ, ਕਿਉਂਕਿ ਜਿਹੜਾ ਉਹਦਾ ਟਾਈਟਲ ਹੈ ਨਾ ਬੜਾ ਕਮਾਲ ਦਾ, ਨਲੂਆ ਵਰਸਸ ਮਿਰਜ਼ਾ। ਨਲੂਆ ਵਰਸਸ ਮਿਰਜ਼ਾ, ਉਹਦੇ ਵਿੱਚ ਕੰਪੇਅਰ ਕੀਤਾ ਸੀਗਾ ਕਿ ਹਰੀ ਸਿੰਘ ਨਲੂਆ ਵਰਸਸ ਮਿਰਜ਼ਾ, ਵੀ ਅੱਜ ਕੱਲ੍ਹ ਜਿਹੜੀ ਲੋਕ ਨੇ ਮੜੀਰ ਹੈ ਉਹ ਜ਼ਿਆਦਾਤਰ ਚਾਹੁੰਦੀ ਆ ਵੀ ਮਿਰਜ਼ਾ ਹਰੇਕ ਹੀ ਬਣਨਾ ਚਾਹੁੰਦਾ, ਅਤੇ ਨਲੂਆ ਸਰਦਾਰ ਬਣਨਾ ਕੋਈ ਆਮ ਖਾਸ ਦੀ ਗੱਲ ਹੈ। ਉਹ ਭਾਅ ਜੀ ਗਾ ਕੇ ਸੁਣਾਓ ਪਹਿਲਾਂ ਤੁਸੀਂ, ਬਾਕੀ ਗੱਲਾਂ ਬਾਅਦ 'ਚ। 27 ਸੁਣਾ ਦਿੰਦੇ ਹਾਂ ਤੁਹਾਨੂੰ। ਆਉਣ ਦਿਓ ਜੀ। ਉਹ ਮਿਰਜ਼ੇ ਨੇ ਕਿਸੇ ਦੀ ਵੀ ਕੁੜੀ ਕੱਢੀ ਸੀ, ਨਲੂਏ ਨੇ ਦਿੱਤੀ ਕੁਰਬਾਨੀ ਵੱਡੀ ਸੀ। ਮਿਰਜ਼ੇ ਨੇ ਕਿਸੇ ਦੀ ਵੀ ਕੁੜੀ ਕੱਢੀ ਸੀ, ਉਹ ਨਲੂਏ ਨੇ ਦਿੱਤੀ ਕੁਰਬਾਨੀ ਵੱਡੀ ਸੀ। ਇੱਕ ਆਸ਼ਕੀ ਦੇ ਪਿੱਛੇ ਸੀ ਹਾਂ ਗਿਆ ਵੱਡਿਆ, ਆਸ਼ਕੀ ਦੇ ਪਿੱਛੇ ਸੀ ਹਾਂ ਗਿਆ ਵੱਡਿਆ, ਦੂਜਾ ਜ਼ੁਲਮ ਦੇ ਅੱਗੇ ਸੀ ਹਾਂ ਇੱਕ ਤਣਦਾ। ਉਹ ਜਣਾ ਖਣਾ ਬਣਨ ਨੂੰ ਫਿਰੇ ਮਿਰਜ਼ਾ, ਨਲੂਏ ਜਾ ਕੋਈ ਕਿਉਂ ਨਾ ਸ਼ੇਰ ਬਣਦਾ। ਉਹ ਜਣਾ ਖਣਾ ਬਣਨ ਨੂੰ ਫਿਰੇ ਮਿਰਜ਼ਾ, ਨਲੂਏ ਜਾ ਕੋਈ ਕਿਉਂ ਨਾ ਸ਼ੇਰ ਬਣਦਾ। ਕਿਆ ਬਾਤ ਹੈ ਭਾਈ, ਸਵਾਦ ਆ ਗਿਆ। ਜਿਹਨਾਂ ਨੇ ਲਿਖਿਆ ਭਾਜੀ ਉਹਨਾਂ ਦੀ ਵੀ ਤਾਰੀਫ ਕਰਦਾ ਮੈਂ ਕਿ ਬੜਾ ਵਧੀਆ ਟੌਪਿਕ ਚੱਕਿਆ ਉਹਨਾਂ ਨੇ, ਔਰ ਕਿਆ ਕਮਾਲ ਤੁਸੀਂ ਗਾਉਂਦੇ ਤਾਂ, ਕਮਾਲ ਹੋਈ। ਟੌਪਿਕ ਅਲੱਗ ਦਾ ਸੀ ਤਾਂ ਹੀ ਮੈਂ ਕਿਸੇ ਹੋਰ ਦਾ ਟੌਪਿਕ ਗਾ ਲਿਆ, ਨਹੀਂ ਅਦਰਵਾਈਜ਼ ਮੈਂ ਗਾਉਂਦਾ ਨਹੀਂ ਹੈਗਾ। ਇਹਦੀ ਭਾਜੀ ਵੀਡੀਓ ਕਦੋਂ ਆ ਰਹੀ ਹੈ ਦੱਸੋ? ਵੀਡੀਓ ਵੀ ਬਸ ਸਰਪ੍ਰਾਈਜ਼ ਹੀ ਹੋਊਗਾ, ਸਰਪ੍ਰਾਈਜ਼ ਹੀ ਹੋਊਗਾ, ਜਲਦੀ ਦੇ ਦਾਂਗੇ। ਜਲਦੀ ਜਲਦੀ ਦੋ ਭਾਜੀ, ਕਿਉਂਕਿ ਮੈਂ ਦੇਖਣਾ ਚਾਹੁੰਦਾ ਕਿ ਕਿਵੇਂ ਫਿਲਮਾਓਗੇ ਇਹਨੂੰ। ਇਹਦਾ ਫਿਲਮਾਂਕਣ ਵੀ ਔਖਾ ਹੀ ਹੋਊਗਾ ਕਿਉਂਕਿ ਕੰਪੇਅਰ ਬਹੁਤ ਵੱਡਾ ਹੈ, ਅਤੇ ਵੀਡੀਓ ਵੀ ਵੱਡੀ ਹੋਊਗੀ ਓਬਵੀਅਸਲੀ। ਬਿਲਕੁਲ। ਅੱਛਾ ਭਾਜੀ, ਕਿਸੇ ਹੋਰ ਸਿੰਗਰ ਦਾ ਗਾਣਾ ਵੀ ਤੁਹਾਡੇ ਕੋਈ ਫੇਵਰੇਟ ਹੈਗਾ ਗਾਇਆ ਹੋਇਆ? ਹਾਂਜੀ, ਫੇਵਰੇਟ ਤਾਂ ਆਪਣਾ ਸਿੰਗਰ ਬਾਈ ਬੱਬੂ ਮਾਨ ਹੋਣੀ ਅਤੇ ਬਾਬਾ ਗੁਰਦਾਸ ਮਾਨ ਹੋਣੀ, ਉਹਨਾਂ ਨੂੰ ਵੱਧ ਸੁਣਦੇ ਹਾਂ ਜੀ। ਅੱਛਾ ਜੀ, ਬਾਕੀ ਸੁਣਦੇ ਸਾਰਿਆਂ ਨੂੰ ਆ। ਬਟ ਪਸੰਦੀਦਾ ਆਪਣਾ ਫੇਵਰੇਟ ਗਾਣਾ ਕੋਈ? ਫੇਵਰੇਟ ਮਾਨ ਸਾਹਿਬ ਉਹਨਾਂ ਦਾ, ਸਾਰੀ ਫੇਵਰੇਟ ਹੀ ਨੇ ਮਾਨ ਸਾਹਿਬ ਦਾ। ਹਾਂਜੀ, ਬੱਬੂ ਮਾਨ ਬਾਈ ਦਾ। ਆਉਣ ਦਿਓ, ਮੈਂ ਕਹਿੰਦਾ ਮੈਂ ਸੁਣਿਆ ਕਿ ਤੁਸੀਂ ਡੀਪੀ ਵਾਹਵਾ ਲਾ ਕੇ ਰੱਖਦੇ ਸੀ ਉਹਨਾਂ ਦੀ, ਹੈ ਨਾ? ਹਾਂ, ਹੁਣ ਵੀ ਲੱਗੀ ਹੋਈ। ਬੱਬੂ ਬਾਈ ਦੀ ਲੱਗੀ ਹੋਈ ਭਾਅ ਜੀ। ਫਿਰ ਸਜਾ ਦਿਓ ਮਾਹੌਲ, ਫਿਰ ਕੀ ਡੀਕਦੇ ਹੋ? ਅੱਜ ਮੈਨੂੰ ਫੇਰ ਤੇਰੀ ਯਾਦ ਆਈ ਹੈ, ਅੱਜ ਮੈਨੂੰ ਫੇਰ ਤੇਰੀ ਯਾਦ ਆਈ ਹੈ, ਉਹੀ ਚੰਨ ਉਹੀ ਰਾਤਾਂ, ਉਹੀ ਚੰਨ ਉਹੀ ਰਾਤਾਂ, ਉਹੀ ਪੁਰਵਾਈਏ, ਅੱਜ ਮੈਨੂੰ ਫੇਰ ਤੇਰੀ ਯਾਦ ਆਈ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ ਭਾਅ ਜੀ, ਕਿਹੜਾ ਇੱਦਾਂ ਦਾ ਕੋਈ ਪਲੱਸ ਪੁਆਇੰਟ ਬੱਬੂ ਮਾਨ ਸਾਹਿਬ ਦਾ ਜਿਹੜਾ ਤੁਹਾਨੂੰ ਇਨਸਪਾਇਰ ਕਰਦਾ ਹੈ, ਤੁਹਾਡੇ ਦਿਲ ਨੂੰ ਚੰਗਾ ਲੱਗਦਾ ਹੈ? ਸੋਚ ਉਹਨਾਂ ਦੀ, ਸੋਚ ਜੀ, ਸਹੀ ਹੈ। ਜੋ ਸੋਚਦੇ ਆ, ਜਿਵੇਂ ਕਹਿੰਦੇ ਸ਼ਬਦਾਂ ਦਾ ਸੁਦਾਗਰ, ਉਹ ਕੰਮ ਵੀ ਸ਼ਬਦਾਂ ਦਾ ਜਾਦੂਗਰ ਆ ਬੰਦਾ, ਅਤੇ ਐਸੇ ਐਸੇ ਲਫ਼ਜ਼ ਕੱਢ ਕੇ ਲੈ ਕੇ ਆਉਂਦੇ ਨੇ ਜਿਹੜੇ ਇੰਡਸਟਰੀ 'ਚ ਆਏ ਨਹੀਂ ਹੁੰਦੇ। ਬਾਅਦ 'ਚ ਕੋਈ ਆਪਣਾ ਬਣਾ ਲਵੇ ਉਹ ਅਲੱਗ ਗੱਲ ਆ, ਪਰ ਪਹਿਲੀ ਵਾਰ ਮੈਨੂੰ ਲੱਗਦਾ ਵੀ ਉਹੀ ਯੂਜ਼ ਕਰਦੇ ਆ, ਅਤੇ ਉਹਨਾਂ ਨੂੰ ਨੈੱਟ 'ਤੇ ਸਰਚ ਕਰਨਾ ਪੈਂਦਾ ਇੱਕ ਵਾਰੀ ਦਾ ਵੀ ਇਹਦਾ ਮੀਨਿੰਗ ਕੀ ਹੈ, ਮੀਨਿੰਗ ਲੱਭਣਾ ਪਵੇ। ਬਿਲਕੁਲ ਭਾਅ ਜੀ, ਸੋ ਮੇਰੇ ਹਿਸਾਬ ਨਾਲ ਤਾਂ ਉਹ ਜ਼ਿਆਦਾ ਬੈਟਰ ਹੈ। ਬਿਲਕੁਲ, ਬਾਕੀ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ, ਕਿਸੇ ਨੂੰ ਸਾਗ ਪਸੰਦ ਹੈ, ਕਿਸੇ ਨੂੰ ਮਸਰੀ ਦੀ ਦਾਲ ਪਸੰਦ ਹੈ, ਤਾਂ ਇਹ ਤਾਂ ਕਹਿ ਨਹੀਂ ਸਕਦਾ ਕਿਸੇ ਨੂੰ। ਹਾਂ, ਇਹ ਵੀ ਉਹ ਨਾਨ ਵੈਜ ਜਾ ਜਾਂਦਾ ਜੀ ਫਿਰ। ਚਲੋ, ਸਭ ਕੁਝ ਬਣਦਾ ਜੀ। ਜੀ ਭਾਈ, ਵੇਲਾ ਇੱਕ ਨਿੱਕੇ ਜਿਹੇ ਬ੍ਰੇਕ ਦਾ, ਉਸਦੇ ਬਾਅਦ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਦੋਸਤੋ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਜੀ ਇੱਕ ਨਿੱਕੇ ਜਿਹੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਸਭ ਦਾ ਪੀਟੀਸੀ ਸਪੋਟਲਾਈਟ ਦੇ ਵਿੱਚ। ਅੱਜ ਗੱਲਬਾਤ ਕਰ ਰਿਹਾ ਜੀ ਗੁਰਮੀਤ ਢੀਂਡਸਾ ਦੇ ਨਾਲ। ਭਾਅ ਜੀ, ਤੁਸੀਂ ਆਪਣੇ ਲਿਖੇ ਗਾਣੇ ਤਾਂ ਆਪ ਗਾਉਂਦੇ ਹੀ ਹੋ ਜੀ, ਬਟ ਤੁਹਾਡਾ ਲਿਖਿਆ ਕਿਸੇ ਹੋਰ ਨੇ ਵੀ ਗਾਇਆ ਅੱਜ ਤੱਕ? ਨਹੀਂ, ਮੈਂ ਹਾਲੇ ਤੱਕ ਕਿਸੇ ਸਿੰਗਰ ਨੂੰ ਗਾਣਾ ਨਹੀਂ ਦਿੱਤਾ ਹੈਗਾ। ਹੋਪ ਸੋ ਇਨ ਫਿਊਚਰ ਜਲਦੀ ਆ ਜੂਗਾ। ਵੈਸੇ ਇਹ ਕੋਈ ਕੰਡੀਸ਼ਨ ਤਾਂ ਨਹੀਂ ਕਿ ਬਈ ਨਹੀਂ ਦੇਣਾ, ਮੈਂ ਆਪਣਾ ਸਮਾਨ ਆਪਣੇ ਕੋਲ ਸਾਂਭ ਕੇ ਰੱਖਣਾ ਹੈ ਤਾਂ ਵੈਸੇ ਇੱਦਾਂ ਹੀ ਆ, ਬਾਕੀ ਹੋ ਸਕਦਾ ਕਿ ਕਿਸੇ ਨੂੰ ਦੇ ਵੀ ਦਈਏ। ਪਰ ਇੱਕ ਚੀਜ਼ ਦੱਸੋ, ਜਦੋਂ ਆਪਾਂ ਕੋਲ ਅੰਦਰੋਂ ਇੰਨਾ ਮਟੀਰੀਅਲ ਖੁਰਦਾ ਹੈ ਲਿਖਣ ਨੂੰ, ਆਪਾਂ ਨੂੰ ਫੁਰਦੀਆਂ ਗੱਲਾਂ, ਹੈ ਨਾ, ਫਿਰ ਕਈ ਵਾਰੀ ਡਰਦੇ ਕਾ ਤੋਂ ਆਰਟਿਸਟ ਕਿ ਯਾਰ ਮੇਰਾ ਸਮਾਨ ਬਾਹਰ ਨਾ ਜਾਵੇ, ਮੈਂ ਆਪਣੇ ਕੋਲ ਸਾਂਭ ਕੇ ਰੱਖਾਂ, ਸ਼ਾਇਦ ਇਹ ਤੋਂ ਵਧੀਆ ਨਾ ਲਿਖਿਆ ਜਾਵੇ, ਇੱਦਾਂ ਕਿਉਂ ਹੁੰਦਾ? ਨਹੀਂ, ਵੈਸੇ ਇੱਦਾਂ ਤਾਂ ਨਹੀਂ ਹੁੰਦਾ, ਕਈਆਂ ਦੀ ਆਪਣੇ ਮਾਇੰਡ ਦਾ ਹੁੰਦਾ ਕਿ ਜਿਵੇਂ ਬੱਬੂ ਬਾਈ ਹੋਣੀ ਨੇ ਜਾਂ ਬਾਬਾ ਗੁਰਦਾਸ ਮਾਨ ਹੋਣੀ ਨੇ, ਉਹ ਕਹਿੰਦੇ ਨੇ ਕਿ ਅਸੀਂ ਆਪਣਾ ਹੀ ਗਾਉਣਾ। ਅੱਛਾ, ਮਤਲਬ ਉਹ ਕਹਿੰਦੇ ਆ ਕਿ ਨਹੀਂ ਕਿਸੇ ਹੋਰ ਦਾ ਨਹੀਂ ਗਾਉਣਾ, ਫਿਰ ਉਹ ਨਾ ਕਿਸੇ ਨੂੰ ਦਿੰਦੇ ਆ ਅਤੇ ਨਾ ਕਿਸੇ ਦਾ ਗਾਉਂਦੇ ਆ, ਸੋ ਐਵੇਂ ਹੋ ਜਾਂਦਾ। ਅਦਰਵਾਈਜ਼ ਐਵੇਂ ਤਾਂ ਨਹੀਂ ਹੁੰਦਾ ਕਿ ਗਾਣਾ ਲੀਕ ਹੋ ਜੂਗਾ ਜਾਂ ਐਂ ਹੋ ਜੂਗਾ, ਨਹੀਂ, ਮੈਨੂੰ ਤਾਂ ਲੱਗਦਾ ਵੀ ਆਪ ਹੀ ਲੀਕ ਹੋ ਜਾਂਦੇ ਆ ਗਾਣੇ। ਸਹੀ ਹੈ, ਵੀ ਤਾਂ ਹੀ ਹੋਊਗਾ ਜੇ ਲੀਕ ਵੀ ਹੋਊਗਾ ਨਾ, ਕਿਉਂਕਿ ਤੁਹਾਨੂੰ ਪਤਾ ਮੈਨੂੰ ਪਤਾ ਜਿਹੜੀ ਗੱਲ ਆਪਣੇ 'ਚ ਆ, ਬਾਕੀ ਹੁਣ ਕਿਆ ਪਤਾ ਇੰਡਸਟਰੀ 'ਚ ਹੋ ਵੀ ਸਕਦਾ ਕਿ ਹੁੰਦਾ, ਪਰ ਮੈਂ ਤਾਂ ਨਹੀਂ ਐਵੇਂ ਸੋਚਦਾ। ਅੱਛਾ ਭਾਅ ਜੀ, ਤੁਹਾਡੇ ਗਾਣੇ ਤਾਂ ਤਕਰੀਬਨ ਸਾਰੇ ਲੋਕ ਸੁਣਦੇ ਨੇ ਪੰਜਾਬ ਦੇ ਵਿੱਚ, ਹੈ ਨਾ, ਔਰ ਬੱਬੂ ਮਾਨ ਸਾਹਿਬ ਦੇ, ਗੁਰਦਾਸ ਮਾਨ ਸਾਹਿਬ ਦੇ ਵੀ ਗਾਣੇ ਸਾਰੇ ਸੁਣਦੇ ਨੇ, ਲੈਜੈਂਡ ਨੇ, ਹੈ ਨਾ? ਬਿਲਕੁਲ। ਬਟ ਇਹਨਾਂ ਤੋਂ ਇਲਾਵਾ ਜਿਹੜੇ ਅੱਜ ਕੱਲ੍ਹ ਯੰਗਸਟਰਸ ਨੇ ਜੀ, ਇਹਨਾਂ 'ਚ ਤੁਹਾਡੇ ਕਿਹੜੇ ਫੇਵਰੇਟ ਨੇ ਇਹਨਾਂ ਵਿੱਚ? ਨਹੀਂ, ਇਹਨਾਂ 'ਚ ਸਾਰੇ ਫੇਵਰੇਟ ਨੇ ਆਪਣੇ, ਸਾਰੇ ਵਧੀਆ ਨੇ। ਐ ਨਹੀਂ ਜਵਾਬ ਸਾਰੀ ਜਿਹੜਾ ਗਾਣਾ ਤੁਹਾਡੀ ਕਾਰ 'ਚ ਵੱਜਦਾ ਹੋਵੇ? ਨਹੀਂ, ਕਾਰ 'ਚ ਮੇਰੇ ਸਾਰੇ ਹੀ ਗਾਣੇ ਵੱਜਦੇ ਆ, ਨੋ ਡਾਊਟ।
ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਹਾਂ, ਜਦੋਂ ਮੇਰਾ ਬ੍ਰਦਰ ਕਾਰ ਚਲਾ ਰਿਹਾ ਹੋਵੇ ਤਾਂ ਫਿਰ ਇਕੱਲਾ ਬੱਬੂ ਮਾਨ ਹੀ ਚੱਲੂਗਾ। ਅੱਛਾ, ਅਤੇ ਪਰ ਜੇ ਮੈਂ ਚਲਾ ਰਿਹਾ ਹੋਵਾਂ ਤਾਂ ਜੋ ਨਵਾਂ ਆਉਂਦਾ ਮਾਰਕੀਟ ਦੇ ਵਿੱਚ ਉਹ ਏ ਵੀ ਸੀ ਕਿਸੇ ਵੀ ਸਿੰਗਰ ਦਾ ਹੋਵੇ, ਜੋ ਵਧੀਆ ਲੱਗਦਾ ਉਹ ਸਾਰੀ ਵੱਜਦੇ ਆ। ਅੱਛਾ ਭਾਅ ਜੀ, ਇੱਕ ਚੀਜ਼ ਹੋਰ ਦਿਲ 'ਚ ਮੇਰੇ ਸਵਾਲ ਉੱਠਿਆ ਕਿ ਚਲੋ ਗਾਇਕੀ ਤੁਸੀਂ ਦੱਸਿਆ ਕਿ ਮੈਂ ਥਰਡ ਫੋਰਥ ਤੋਂ ਕਰਦਾ ਆ ਰਿਹਾ, ਹੈ ਨਾ ਜੀ, ਬਟ ਐਜ਼ ਅ ਐਕਟਰ ਆਉਣਾ, ਐਕਟ ਕਰਨਾ ਵੀਡੀਓ ਦੇ ਵਿੱਚ, ਉਹ ਬੜਾ ਟਫ ਜਿਹਾ ਹੋ ਜਾਂਦਾ ਕਿਤੇ ਨਾ ਕਿਤੇ ਕੰਮ, ਹੈ ਨਾ, ਉੱਥੇ ਮਸਲਾ ਫਸ ਜਾਂਦਾ ਜੀ, ਅਤੇ ਫਸਿਆ ਕੰਮ ਉੱਥੇ ਕਿ ਨਹੀਂ? ਬਿਲਕੁਲ, ਪਹਿਲੀ ਵਾਰ ਤਾਂ ਕੈਮਰਾ ਫੇਸ ਕਰਨ ਲੱਗੇ ਇੱਦਾਂ ਤਾਂ ਹੁੰਦਾ ਹੀ ਆ, ਔਰ ਇੱਕ ਜਿਵੇਂ ਕਹਿੰਦੇ ਇੱਕ ਸ਼ਾਟ ਵੀ ਕਈ ਟੇਕ ਦੇ ਵਿੱਚ ਨਿਕਲਦਾ ਪਹਿਲੀ ਵਾਰ ਤਾਂ, ਪਰ ਹੌਲੀ ਹੌਲੀ ਜਦੋਂ ਆਪਾਂ ਜਿਵੇਂ ਕਹਿੰਦੇ ਆ ਕੈਮਰਾ ਫੇਸ ਕਰੀ ਜਾਂਦੇ ਹਾਂ ਤਾਂ ਉਹਦੇ ਨਾਲ ਇੱਕ ਦੋਸਤੀ ਹੋ ਜਾਂਦੀ ਆ ਕੈਮਰੇ ਦੇ ਨਾਲ ਵੀ, ਅਤੇ ਫਿਰ ਉਹ ਈਜ਼ੀ ਲੱਗਣ ਲੱਗ ਜਾਂਦਾ ਕੰਮ। ਔਰ ਖਾਸ ਕਰਕੇ ਜਦੋਂ ਨਾਲ ਕੋਈ ਫੀਮੇਲ ਮਾਡਲ ਹੋਵੇ ਤਾਂ ਫਿਰ ਤਾਂ ਦਿਲ ਹੋਰ ਤੱਕ ਤੱਕ ਕਰਦਾ। ਬਿਲਕੁਲ ਬਿਲਕੁਲ, ਔਰ ਉੱਪਰੋਂ ਬੰਦਾ ਗਾਣਾ ਮੁਲਾਕਾਤ ਥੋੜ੍ਹਾ ਲਿਖ ਬੈਠਾ ਹੋਵੇ। ਹਾਂ, ਸਹੀ ਗੱਲ ਆ, ਸਹੀ ਆ, ਅਤੇ ਹੁੰਦਾ ਬਿਲਕੁਲ। ਅੱਛਾ ਭਾਅ ਜੀ, ਅੱਗੇ ਫਿਊਚਰ ਦੇ ਵਿੱਚ ਕਿਸ ਤਰੀਕੇ ਦੇ ਮੂਡ ਦੇ ਗਾਣੇ ਲੈ ਕੇ ਆ ਰਹੇ ਹੋ? ਫਿਊਚਰ ਦੇ ਵਿੱਚ ਚੱਲ ਰਿਹਾ ਇੱਕ ਦੋ ਰੋਮਾਂਟਿਕ ਟਰੈਕਸ ਨੇ ਹੋਰ, ਕਿਉਂਕਿ ਮੁਲਾਕਾਤ ਨੂੰ ਸੋਹਣਾ ਰਿਸਪੋਂਸ ਮਿਲਿਆ ਤਾਂ ਉੱਦਾਂ ਦਾ ਗਾਣਾ ਕਰਨਾ ਬਣਦਾ, ਅਤੇ ਉਸ ਤੋਂ ਬਿਨਾਂ ਇੱਕ ਅਰਬਨ ਗਾਣਾ ਸੋਚ ਰਹੇ ਹਾਂ, ਅਤੇ ਹੋਪ ਸੋ ਜਲਦੀ ਉਹਨੂੰ ਵੀ ਕਰ ਦਾਂਗੇ। ਬਿਲਕੁਲ, ਮਤਲਬ ਇਹ ਦੋ ਟਰੈਕ ਨੇ ਜਿਹੜੇ ਉਹ ਚੱਲ ਰਹੇ ਨੇ। ਅੱਛਾ ਭਾਅ ਜੀ, ਇੱਕ ਸਵਾਲ ਹੋਰ ਆ, ਹਾਂਜੀ, ਕਈ ਵਾਰੀ ਗਾਇਕ ਹੁੰਦੇ ਕਿ ਉਹ ਸਟੂਡੀਓ ਜ਼ਿਆਦਾ ਕੰਫਰਟੇਬਲ ਹੁੰਦੇ ਨੇ, ਲਾਈਵ 'ਚ ਘੱਟ ਹੁੰਦੇ ਨੇ, ਬਟ ਤੁਹਾਡਾ ਆਪਣਾ ਜਿਹੜਾ ਜ਼ੋਨ ਹੈਗਾ ਕਿਹੜਾ, ਲਾਈਵ ਕਿ ਸਟੂਡੀਓ? ਲਾਈਵ, ਲਾਈਵ, ਹਾਂਜੀ, ਕਿਉਂਕਿ ਖੁੱਲ੍ਹਾ ਗਾਣ ਨੂੰ ਮਿਲਦਾ ਨਜ਼ਾਰਾ, ਉੱਥੇ ਹੀ ਆਉਂਦਾ ਜੀ। ਸਹੀ ਹੈ, ਕੋਈ ਤੁਹਾਡਾ ਆਪਣਾ ਭਾਅ ਜੀ ਫੇਵਰੇਟ ਜਿਹੜਾ ਤੁਸੀਂ ਅਕਸਰ ਲਾਈਵ 'ਚ ਗਾਉਂਦੇ ਹੋ? ਲਾਈਵ ਦੇ ਵਿੱਚ ਮੈਂ ਤਕਰੀਬਨ ਆਪਣੇ ਸਾਰੇ ਗਾਣੇ ਗਾਉਂਦਾ। ਆਪਣੇ, ਤੁਹਾਡਾ ਕੋਈ ਆਪਣਾ ਨਗੀਨਾ ਖਾਸ ਚੁਣਿਆ ਹੋਇਆ ਆਪਣੇ ਗਾਣਿਆਂ 'ਚੋਂ ਕੋਈ? ਹਾਂ ਹੈਗਾ, ਜੀ ਤੂੰ ਸ਼ੁਰੂਆਤ ਕਰੀ ਦੀ ਆ, ਆਉਣ ਦਿਓ ਭਾਅ ਜੀ। ਉਹ ਨੀ ਤੂੰ ਮਿੱਤਰਾਂ ਦਾ ਦਿਲ ਤੋੜਿਆ, ਉਹ ਨੀ ਤੂੰ ਮਿੱਤਰਾਂ ਦਾ ਦਿਲ ਤੋੜਿਆ, ਰੱਬ ਕਰਕੇ ਤੇਰਾ ਵੀ ਟੁੱਟ ਜਾਵੇ ਜਿੱਦਾਂ ਯਾਰਾਂ ਦਾ ਤੂੰ, ਹਾਏ ਨੀ ਯਾਰਾਂ ਦਾ ਤੂੰ, ਜਿੱਦਾਂ ਯਾਰਾਂ ਦਾ ਤੂੰ ਸਾਕ ਮੋੜਿਆ, ਨੀ ਜਿੱਦਾਂ ਯਾਰਾਂ ਦਾ ਤੂੰ ਸਾਕ ਮੋੜਿਆ, ਮੰਗ ਤੇਰੀ ਵੀ ਵਿਚਾਲੇ ਛੁੱਟ ਜਾਵੇ, ਹਾਂ ਮਿੱਤਰਾਂ ਦਾ ਦਿਲ ਤੋੜਿਆ, ਰੱਬ ਕਰਕੇ ਤੇਰਾ ਵੀ ਟੁੱਟ ਜਾਵੇ। ਇਹ ਕੀਤੀ ਗੱਲ ਹੈ, ਸਾਡਾ ਦਿਲ ਤੋੜ ਕੇ ਜਾਏਗੀ ਕਿੱਥੇ ਤੂੰ? ਹਾਂ ਵੀ ਤੇਰਾ ਵੀ ਟੁੱਟੂਗਾ, ਵੀ ਰੱਬ ਅੱਗੇ ਹੀ ਅਰਦਾਸ ਆ ਵੀ ਤੇਰਾ ਵੀ ਟੁੱਟ ਜਾਵੇ। ਬਿਲਕੁਲ ਜੀ ਭਾਈ, ਤੁਹਾਡਾ ਅਗਰ ਸੁਪਨੇ ਦੀ ਗੱਲ ਕਰੀਏ, ਹਰੇਕ ਬੰਦੇ ਦਾ ਇੱਕ ਸੁਪਨਾ ਹੁੰਦਾ ਜੀ, ਤੁਹਾਡਾ ਸੁਪਨਾ ਕੀ ਹੈਗਾ? ਸੁਪਨਾ ਕੀ ਹੈ, ਬਸ ਕਿੱਥੇ ਪਹੁੰਚਣਾ, ਕੀ ਹਾਸਿਲ ਕਰਨਾ ਹੈ ਜਾਂ ਕੀ ਮਿਲਣਾ ਚਾਹੀਦਾ? ਮੈਨੂੰ ਲੱਗਦਾ ਵੀ ਹਾਸਲ ਕਰਨ ਵਾਲੀ ਜਿੱਥੇ ਤੱਕ ਗੱਲ ਹੈ, ਵੀ ਇਹ ਜਿਹੜੀ ਪੰਜਾਬੀ 'ਚ ਸਾਡੇ ਕਹਿੰਦੇ ਨੇ ਪਿੰਡਾਂ ਦੇ ਵਿੱਚ ਵੀ, ਜਿਹੜੀ ਤਮਾ ਹੈ ਤਾਂ ਬੰਦੇ ਦੀ ਮੁੱਕਦੀ ਓ ਨਹੀਂ ਹੈਗੀ, ਜਿੱਥੇ ਤੱਕ ਮਰਜ਼ੀ ਚਲੇ ਜਾਓ। ਲੱਖਪਤੀ ਹੋ ਕੇ ਬੰਦਾ ਕਹਿੰਦਾ ਕਰੋੜਪਤੀ ਬਣ ਜਾਈਏ, ਕਰੋੜਪਤੀ ਬਣ ਕੇ ਬੰਦਾ ਕਹਿੰਦਾ ਨਹੀਂ ਨਹੀਂ ਯਾਰ ਸੰਤੁਸ਼ਟੀ ਨਹੀਂ ਹੋਈ, ਹੋਰ ਵੀ ਅੱਗੇ ਜਾਣਾ ਚਾਹੀਦਾ। ਜਿੱਦਾਂ ਜੇ ਆਪਣੀ ਫੀਲਡ ਦੀ ਗੱਲ ਕਰੀਏ, ਪਹਿਲਾਂ ਪੰਜਾਬੀ ਇੰਡਸਟਰੀ, ਬਾਲੀਵੁੱਡ, ਉਸ ਤੋਂ ਬਾਅਦ ਫਿਰ ਬਾਲੀਵੁੱਡ, ਫਿਰ ਹਾਲੀਵੁੱਡ, ਬੰਦਾ ਮਤਲਬ ਅੱਗੇ ਦੀ ਉਹ ਸੋਚ ਰੱਖਦਾ। ਬਿਲਕੁਲ, ਸੋ ਐਵੇਂ ਦਾ ਕੋਈ ਡ੍ਰੀਮ ਨਹੀਂ ਸਜਾਇਆ ਕਿ ਹਾਂ ਐਵੇਂ ਹੋ ਜਾਵੇ, ਬਸ ਇੰਨਾ ਕਿਹਾ ਵੀ ਜਿੰਨਾ ਗਾਈਏ ਵਧੀਆ ਗਾਈਏ ਅਤੇ ਲੋਕਾਂ ਨੂੰ ਪਸੰਦ ਆਵੇ, ਅਤੇ ਨਸ਼ੇ ਪੱਤਿਆਂ ਤੋਂ ਬਚ ਕੇ ਰਹੀਏ, ਸਭ ਤੋਂ ਬੜੀ ਗੱਲ ਆ ਜਿਹੜੀ। ਬਿਲਕੁਲ, ਅਤੇ ਮੈਂ ਤਾਂ ਸਭ ਨੂੰ ਕਹੂੰਗਾ ਕਿ ਉਹਨਾਂ ਤੋਂ ਬਚ ਕੇ ਰਹੋ ਤਾਂ ਵਧੀਆ ਗੱਲ ਹੈ। ਐਂਡ ਸੁਪਨਾ ਇਹੀ ਹੈ ਬਸ ਕਿ ਅਸੀਂ ਵੀ ਹਿੱਟ ਸੀਰੀਜ਼ ਦੇ ਵਿੱਚ ਮਤਲਬ ਆਪਣਾ ਨਾਮ ਸ਼ਾਮਲ ਹੋ ਜਾਈਏ, ਹੋਰ ਤਾਂ ਕੁਛ ਨਹੀਂ ਹੈ। ਅੱਛਾ ਗੁਰਬੀਰ ਢੀਂਡਸਾ ਦੇ ਭਾਅ ਜੀ, ਫਿਊਚਰ ਪਲੈਨਸ ਕੀ ਨੇ, ਕਿਵੇਂ ਦਾ ਗਾਣਾ ਮਿਲੇਗਾ ਤੁਹਾਡੇ ਚੋਣ ਵਾਲਿਆਂ ਨੂੰ? ਫਿਊਚਰ ਪਲੈਨਸ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ ਕਿ ਇੱਕ ਤਾਂ ਰੋਮਾਂਟਿਕ ਟਰੈਕ ਇੱਕ ਜਾਂ ਦੋ ਕਰ ਰਹੇ ਹਾਂ, ਅਤੇ ਇੱਕ ਅਰਬਨ ਟਰੈਕ ਕਰ ਰਹੇ ਹਾਂ ਅਸੀਂ। ਸਹੀ, ਐਂਡ ਉਸ ਤੋਂ ਬਿਨਾਂ ਇੱਕ ਬਾਈ ਬੱਬੂ ਮਾਨ 'ਤੇ ਗਾਣਾ ਲਿਖਿਆ ਹੋਇਆ, ਅਤੇ ਉਹ ਸਾਰੇ ਦਾ ਸਾਰਾ ਗਾਣਾ ਉਹਨਾਂ 'ਤੇ ਹੀ ਹੈ, ਅਤੇ ਉਹ ਮੇ ਬੀ ਅਸੀਂ ਆਡੀਓ ਟਰੈਕ ਕਰਾਂਗੇ ਜਲਦੀ। ਔਰ ਕਿੰਨੀ ਜਲਦੀ ਭਾਅ ਜੀ ਦੇਖਣ ਨੂੰ ਮਿਲੇਗਾ ਲੋਕਾਂ ਨੂੰ? ਇਹ ਵੀ ਬਲਾਸਟ ਆ, ਹੁਣ ਕਿਆ ਪਤਾ, ਸੋ ਇਸ ਮੰਥ ਦੇ ਐਂਡ ਤੱਕ ਔਰ ਨੈਕਸਟ ਮੰਥ ਦੇ ਵਿੱਚ। ਕਿਆ ਬਾਤ ਹੈ ਭਾਅ ਜੀ, ਥੈਂਕ ਯੂ ਸੋ ਮਚ ਭਾਅ, ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਔਰ ਚਾਰ ਚੰਦ ਲਾਏ ਸਾਡੇ ਸ਼ੋਅ ਨੂੰ। ਥੈਂਕ ਯੂ ਸੋ ਮਚ ਆਉਣ ਦੇ ਲਈ ਭਾਅ ਜੀ, ਰੱਬ ਕਰੇ ਤੁਹਾਡੇ ਫਿਊਚਰ ਪ੍ਰੋਜੈਕਟ ਸੁਪਰ ਡੁਪਰ ਹਿੱਟ ਹੋਣ। ਥੈਂਕ ਯੂ ਸੋ ਮਚ, ਥੈਂਕ ਯੂ ਭਾਅ ਜੀ।